ਪੁਲਿਸ ਦਾ ਪ੍ਰਸ਼ਾਸਨ ਪਲੱਸ ਰਾਜਨੀਤੀ ਪਲੱਸ ਤਸਕਰ ਇਹਨਾਂ ਦੀ ਯਾਰੀ ਆ ਜਿਹੜੀ ਉਹ ਸਾਡਾ ਯਾਰ ਆਪਦੇ ਤਨ ਤੇ ਹੰਢਾ ਕੇ ਇਸ ਦੁਨੀਆ ਦੇ ਵਿੱਚ ਹੁਣ ਬੋਲਿਆ ਨਹੀਂ ਜਾਂਦਾ ਵੀ ਉਹ ਆਪਦੇ ਆਪ ਨੂੰ ਕੁਰਬਾਨ ਕਰਕੇ ਇਹਨਾਂ ਆਹ ਸੁੰਡੂ ਜਗਾਉਣ ਵਾਸਤੇ ਆਇਆ ਲੋਕੋ ਵੀ ਹਰ ਵੀ ਯਾਰ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਪ੍ਰਸ਼ਾਸਨ ਨੂੰ ਯਾਰ 15 ਦਿਨ ਹੋ ਗਏ ਬਾਈ ਓਏ ਉਹ ਪੁਲ ਜੇ ਪਸਤੌਲ ਲਈ ਫਿਰਦੇ ਆ ਬਾਈ ਸਾਲ ਤੋਂ ਸਾਰੇ ਛੋਟੇ ਜਵਾਕ ਆ ਇੱਕ ਮਿੰਟ ਬੋਲ ਲੈਂਦੇ ਬੋਲੋ ਨਾ ਬੋਲੋ ਯਾਰ ਆਪਾਂ ਕਹਿ ਗਏ ਬਾਈ 20 ਸਾਲ ਤੋਂ ਛੋਟੀਆਂ ਪਹਿਲਾਂ ਤਾਂ ਸਾਰੇ 20-22 ਸਾਲ ਤੋਂ ਛੋਟੇ ਚਿੱਟੇ ਵਾਲੇ ਉਹਨੇ ਉਹਦਾ ਕਸੂਰ ਕੀ ਸੀਗਾ ਉਹ ਸਿਆਣਾ ਸੀਗਾ ਉਹਨੇ ਕਿਹਾ ਬਾਈ ਯਾਰ ਚਿੱਟਾ ਨਾ ਵੇਚਿਆ ਕਰੋ ਨਾ ਪੀਆ ਕਰੋ ਅਤੇ ਚੌਕ ਇਹਦੇ ਵਿੱਚ ਜਿਹੜਾ ਉਹਦਾ ਬਾਈ ਉਹਦਾ ਕੁੱਟ ਜਿਹੜਾ ਹੈਗਾ ਪਾਣੀ ਲਾਈ ਜਾਂਦੇ ਸੀਗੇ ਉੱਥੇ ਵੱਟਾਂ ਕੜੀਆਂ ਉੱਥੇ ਕਤਲ ਹੋਇਆ ਉਸ ਤੋਂ ਬਾਅਦ ਬਾਈ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਸਭ ਤੋਂ ਪਹਿਲਾਂ ਪਰਮਿੰਦਰ ਕੌਰ ਨੇ ਜਿਹੜੇ ਸਬ ਇੰਸਪੈਕਟਰ ਉਹਨੂੰ ਠੀਕ ਆ ਮੈਨੂੰ ਰੁਪਿੰਦਰ ਜਲਾਲ ਕਰਕੇ ਗਿਆ ਸੀਗਾ ਉਹਦੇ ਉਗਰਾਹਾ ਦਾ ਧਰਨਾ ਸੀਗਾ ਮੈਂ ਰਾਹ 'ਚ ਆਇਆ ਬਾਈ ਮੈਨੂੰ ਕਹਿੰਦਾ ਯਾਰ ਜਾ ਕੇ ਆਈ ਮੈਂ ਜਾ ਕੇ ਆਇਆ ਮੈਂ ਕਿਹਾ ਯਾਰ ਤੁਹਾਡੀ ਕਿਤੇ ਜਵਾਕਾਂ ਦੀ ਆਪਦੀ ਲੜਾਈ ਤਾਂ ਨਹੀਂ ਦੋਨਾਂ ਦਿਨਾਂ ਦੀ ਵੀ ਕਈ ਵਾਰੀ ਹੈ ਨਾ ਅਤੇ ਮੈਂ 2 ਦਿਨ ਮੈਂ ਪਰਮਿੰਦਰ ਕੌਰ ਜਿਹੜੇ ਸਬ ਇੰਸਪੈਕਟਰ ਨੂੰ ਕੰਮ ਕਿਹਾ ਭੈਣ ਛੱਡ ਗਏ ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਹੀ ਕੁੜੀਆਂ ਕਿਸੇ ਦੇ ਮੂਹਰੇ ਜਿਹੜੇ ਉਹਨਾਂ ਨੇ ਨੀਵੀਂ ਪਾਉਣੀ ਪਵੇ ਵੀ ਕਾਰਵਾਈ ਕਰ ਦਿਓ ਕਾਰਵਾਈ ਕੋਈ ਨਹੀਂ ਹੋਈ 2 ਦਿਨਾਂ ਬਾਅਦ ਇੱਥੋਂ ਤੱਕ ਕਿ ਉਲਟ ਉਹ ਸਬ ਇੰਸਪੈਕਟਰ ਪਰਮਿੰਦਰ ਕੌਰ ਉਹਦੇ ਘਰੇ ਜਾ ਕੇ ਕਹਿੰਦੀ ਆ ਉਹਦੀ ਮਾਂ ਨੂੰ ਹਜੇ ਥੋੜ੍ਹੀਆਂ ਪਈਆਂ ਸੀ ਜ਼ਿਆਦਾ ਪੈਣੀਆਂ ਸੀ ਇਹ ਬਿਆਨ ਕੱਲ੍ਹ ਉਹਦੀ ਮਾਂ ਨੇ ਵੀ ਦਿੱਤੇ ਅੱਜ ਉਹਦੀ ਮਾਂ ਆਈ ਵੀ ਹੈ ਪੁੱਤ ਖੋ ਕੇ ਅਸੀਂ ਦਰਾਂ ਦੇ ਇੱਥੇ ਫੜਕ ਰਹੇ ਹਾਂ ਇਹ ਉਹੀ ਕੈਪਟਨ ਆ ਉਹ ਜਿਹੜਾ ਇੱਥੇ ਹੀ ਸੌਂ ਸੌਂ ਖਾ ਕੇ ਗਿਆ ਸੀ ਬਠਿੰਡੇ 'ਚ ਵੀ ਮੈਂ 'ਚ ਜਿਹੜਾ ਹੈਗਾ ਨਸ਼ੇ ਦਾ ਲੱਕ ਤੋੜ ਦੂੰ ਨਸ਼ੇ ਦੇ ਲੱਕ ਨਹੀਂ ਇਹਨੇ 70 ਵਸਾ ਦੇ ਸਾਡੇ ਸਾਰੇ ਘਰਾਂ 'ਚ ਯਾਰ ਆਹ ਪੁਲਿਸ ਹੈ ਇਹ ਨੀਡੂ ਸ਼ਟਰਾਂ ਵਾਲੇ ਵਰਗਿਆਂ ਦੇ ਤਾਂ ਪਰਚਾ ਨਾਲ ਦੀ ਨਾਲ ਦੇਂਦੀ ਆ ਵੀ ਕਰੋਨਾ ਦੀ ਬਿਮਾਰੀ ਫੈਲਾਤੀ ਮੈਨੂੰ ਐਂ ਦੱਸੋ ਇੱਕ ਐਕਟ ਹੁੰਦਾ ਵੀ ਜਿਹੜੀ ਵਾਇਰਲ ਵੀਡੀਓ ਦੇ ਉੱਤੇ ਇਹਨਾਂ ਨੇ ਐਕਸ਼ਨ ਲੈਣਾ ਹੁੰਦਾ ਉਹ ਮੁੰਡੇ ਕੁੱਟ ਕੇ ਉਹਦੀ ਛਾਤੀ ਸਾਰਾ ਕੁਝ ਮੈਂ ਲਗਭਗ ਮੈਨੂੰ 3.5 ਕਰੋੜ ਬੰਦਾ ਇੱਕ ਮਹੀਨੇ ਦੇ ਵਿੱਚ ਦੇਖਦਾ ਰੀਚ ਆ ਮੇਰੇ ਪੇਜ ਦੀ ਉਹਦੇ 'ਚ ਮੈਂ 2 ਵਾਰ ਵੀਡੀਓ ਪਾ ਚੁੱਕਾ ਯਾਰ ਵੀ ਆਹ ਬੰਦੇ ਹੈ ਪਿਸਤੌਲ ਉਹਨਾਂ ਕੋਲ ਹੈ ਇਹਨਾਂ ਪੁਲਿਸਾਂ ਨੂੰ ਪੁੱਛੋ ਕਿ ਆਰਮ ਐਕਟ ਲੱਗਿਆ ਉਹਨਾਂ 'ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਜਿਹੜਾ ਹੈਗਾ ਉਹਦੇ ਕਾਰਵਾਈ ਕੀਤੀ ਆ ਪੁਲਿਸ ਸਾਹਮਣੇ ਖੜੀ ਆ ਇੱਥੇ ਹੀ ਦੱਸਦੇ ਤੁਹਾਡਾ DDR ਨੰਬਰ ਹੁੰਦਾ ਹੈ ਨਾ ਡੇਲੀ ਡੈਰੀ ਨੰਬਰ ਕਿੰਨੀਆਂ ਰੇਡਾਂ ਤੁਹਾਡੇ ਕੋਲ ਔਨਲਾਈਨ ਆ ਵੀ ਉਹ 15 ਦਿਨਾਂ ਦੇ ਵਿੱਚ ਉਹ ਮੁੰਡਿਆਂ ਨੂੰ ਫੜਨ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਜਿਹੜੀਆਂ ਮਾਰੀਆਂ ਉਸ ਤੋਂ ਬਾਅਦ ਯਾਰ ਇਹ ਮੌਤ ਆ ਜਿਹੜਾ ਇਹਦਾ ਜ਼ਿੰਮੇਵਾਰ ਪੁਲਿਸ ਆ ਬਾਈ 15 ਦਿਨ ਜੇ ਮੁੰਡਾ ਫੜਿਆ ਹੁੰਦਾ ਅਸੀਂ ਉਹਨੂੰ ਛੁੱਟੀ ਦਵਾ ਦਿੰਦੇ ਯਾਰ ਉੱਥੋਂ ਆਪਾਂ ਕਹਿ ਗਏ ਰਾਮਪਰਿਓਂ ਅਤੇ ਉਹਨੂੰ ਯਾਰ ਕਿਤੇ ਉਹਨੂੰ DMC 'ਚ ਪਹਿਲਾਂ ਲੈ ਜਾਂਦੇ ਸ਼ਾਇਦ ਉਹਦੀ ਮੌਤ ਨਾ ਹੁੰਦੀ ਯਾਰ ਇੱਕ ਤਾਂ ਦੇਖੋ ਉਹਨੂੰ ਜਲੀਲ ਕਰਕੇ ਮਾਰਿਆ ਗਿਆ ਪਹਿਲਾਂ ਤਾਂ ਉਹਨੂੰ ਕੁੱਟਿਆ ਬਾਈ ਫਿਰ ਵੀਡੀਓ ਵਾਇਰਲ ਕੀਤੀਆਂ ਫਿਰ ਪੁਲਿਸ ਨੇ ਉਹ ਬੰਦਾ ਫੜਿਆ ਹੀ ਨਹੀਂ ਜਿਹੜੇ ਬੰਦੇ ਫੜੇ ਨਹੀਂ ਗਏ ਉਹਨੂੰ ਇੱਕ ਤਾਂ ਨਮੋਸ਼ੀ ਇਹ ਗੱਲ ਦੀ ਸੀ ਵੀ ਮੈਨੂੰ ਕੁੱਟਿਆ ਵੀ ਹੈ ਪੁਲਿਸ ਵੀ ਨਹੀਂ ਫੜ ਰਹੀ ਅਤੇ ਲੋਕ ਪੁਲਿਸ 3 ਮੁਲਾਜ਼ਮ ਪੁਲਿਸ ਦੇ ਕੋਲੇ ਖੜੇ ਰਹੇ ਹੈ ਗਵਾਂਢੀ ਗਵਾਹ ਮੈਨੂੰ ਐਂ ਦੱਸੋ ਯਾਰ ਕੁਛ ਰਹਿ ਗਿਆ ਪੰਜਾਬ ਦੇ ਲੋਕ ਦੇਖਣ ਕਰਨਗੇ ਤੁਹਾਡਾ ਜੇ ਨਹੀਂ ਦੇਖਣ ਕਰਨਗੇ ਉਹ ਰਹਿ ਗਿਆ ਦੱਸਦੇ SSP ਸਾਹਿਬ ਦੇ ਆਏ ਹੈ ਪਹਿਲਾਂ ਕੱਲ੍ਹ ਥਾਣੇ 'ਚ ਬੈਠੇ ਰਹੇ ਹਾਂ ਇਹਨਾਂ ਕੋਲ ਪਹਿਲਾਂ ਵੀ ਗੱਲਾਂ ਕੀਤੀਆਂ ਬਾਈ ਯਾਰ ਸਾਡਾ ਬਾਲਿਆਂ ਵਾਲੀ ਥਾਣਾ ਬਾਈ ਇਹੀ ਬਠਿੰਡੇ ਦੇ ਵਿੱਚ ਆਹੀ ਮਨਪ੍ਰੀਤ ਬਾਦਲ ਆਹੀ ਜੋਜੋ ਵਰਗੇ ਹੈ ਇੱਥੇ ਤਾਂ ਇਹਨਾਂ ਕੋਲ ਖੁੱਲ੍ਹਾ ਟਾਈਮ ਆ ਆਪਦੇ ਬੰਦਿਆਂ ਨੂੰ ਪ੍ਰਧਾਨਗੀਆਂ ਬਖਸ਼ਣ ਦਾ ਲਾਈਵ ਚਿੱਟਾ ਜਿਹੜਾ ਹੈਗਾ ਫੜਾਇਆ ਲਾਈਵ ਚਿੱਟਾ ਬਾਈ ਭੁੰਦੜੋਂ ਹਜੇ ਤੱਕ ਮੰਗਾ ਨਹੀਂ ਫੜਿਆ ਚਿੱਟੇ ਲਾਈਵ ਦੇ ਵਿੱਚ ਭਜਾਇਆ ਭਰਾਵੋ ਬੋਲਿਆ ਨਹੀਂ ਜਾਂਦਾ ਬਾਕੀ ਇਹ ਗੱਲਾਂ ਆ ਯਾਰ ਤੂੰ ਬੋਲ ਯਾਰ ਬਾਈ ਬਾਕੀ ਜੀ ਅਸੀਂ ਇੱਕੋ ਇੱਕ ਮੰਗ ਕਰਦੇ ਹਾਂ ਪੰਜਾਬ ਪੁਲਿਸ ਤੋਂ ਜੇ ਪੰਜਾਬ ਪੁਲਿਸ ਦੇ ਹੁੰਦਾ ਆ ਅਸੀਂ ਸਭ ਤੋਂ ਅਸੀਂ ਰੱਖਿਅਕ ਮੰਨਦੇ ਹਾਂ ਜੀ ਸਾਡੀ ਪੰਜਾਬ ਪੁਲਿਸ ਸਾਡੀ ਰੱਖਿਆ ਕਰੂਗੀ ਜੇ ਉਹੀ ਪੰਜਾਬ ਪੁਲਿਸ ਜੇ ਵਿਰੋਧੀਆਂ ਦੇ ਨਾਲ ਵਿਰੋਧੀ ਇੱਕਦਮ ਪਿਸਟਲ ਲੈ ਕੇ 18-18 ਸਾਲ ਦੇ ਮੁੰਡੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਇੱਕ ਤਾਂ ਸਾਨੂੰ ਕਿਸਾਨੀ ਦੇ ਉਧਰਲੇ ਪਾਸੋਂ ਸਾਡੇ ਕਿਸਾਨੀ ਬਿੱਲਾਂ ਨੇ ਦੱਬ ਲਿਆ ਦੂਜੇ ਪਾਸੇ ਨਸ਼ੇ ਤਸਕਰਾਂ ਨੇ ਜਿਹੜੇ ਆਉਣ ਵਾਲੇ ਸਾਡੇ ਨੌਜਵਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਅਸੀਂ ਕਿੱਧਰਲੇ ਪਾਸੇ ਉੱਠਾਂਗੇ ਹੁਣ ਜਿਹੜੀ ਮਾਂ ਦਾ ਪੁੱਤ ਘਰੋਂ ਚੜ ਗਿਆ ਜਿਹੜੀ ਭੈਣਾਂ ਦਾ ਵੀਰ ਘਰੋਂ ਚਲਾ ਗਿਆ ਦੱਸੋ ਉਹਨਾਂ ਨੂੰ ਕਦੇ ਘਾਟਾ ਪੂਰਾ ਹੋਊ ਅਸੀਂ ਇਸ ਇੱਕ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਸਾਥ ਦਿਓ ਕਿਉਂਕਿ ਜੇ ਤੁਸੀਂ ਜੇ ਸਾਥ ਦਿਓਗੇ ਤੁਹਾਨੂੰ ਪਹਿਲਾਂ ਵੀ ਪਤਾ ਵੀ ਕਿੰਨਾ ਕੁ ਬਦਨਾਮ ਹੋਈ ਜਾਂਦੇ ਆਪਾਂ ਜੇ ਪੁਲਿਸ ਪ੍ਰਸ਼ਾਸਨ ਬਦਨਾਮ ਹੋਈ ਜਾਂਦਾ ਜੇ ਆਪਣਾ ਇਸ ਰਾਜਨੀਤੀ ਨੇ ਤਾਂ 5 ਸਾਲਾਂ ਬਾਅਦ ਆਉਣਾ ਤੇ 5 ਸਾਲਾਂ ਬਾਅਦ ਜਾਣਾ ਹੈ ਨਹੀਂ ਇੱਕ ਗੱਲ ਹੋਰ ਹੈ ਇੱਥੇ ਇਹ ਦਿਖਾਇਆ ਵੀ ਚਿੱਟਾ ਇੱਕ ਜਿਵੇਂ ਮਾਵਾਂ ਦੇ 2 ਪੋਤਾ ਮਾਰਨ ਵਾਲੇ ਵੀ ਇੱਧਰ ਵੀ ਇੱਕ ਵਾਲਿਆਂ ਨੂੰ ਤਾਂ ਇਹਨਾਂ ਨੇ ਬਣਾਤਾ ਗੈਂਗਸਟਰ 14-14 ਸਾਲ ਦਿਆਂ ਨੂੰ ਰਿਵਾਲਵਰ ਦੇ ਤੇ ਵੀ ਖੁੱਲ੍ਹੇ ਖੇਡੋ ਪੁੱਤ ਕੋਈ ਚੱਕਰ ਨਹੀਂ ਪਿੱਛੇ ਹੱਥ ਆ ਤੁਹਾਡੇ
ਇੱਕ ਨੂੰ ਤਾਂ ਫੜਾ ਤਾ ਇੱਕ ਨੂੰ ਤਾਂ ਬਣਾ ਰਿਹਾ ਅੱਜ ਦਾ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਬਣਾ ਰਹੀ ਹੈ ਮਾਮਾ ਦੇ ਪੁੱਤਾਂ ਨੂੰ ਗੈਂਗਸਟਰ ਬਾਅਦ ਦੇ ਵਿੱਚ ਜੈਪਾਲ ਵਰਗੇ ਬਣਾ ਕੇ ਇਹਨਾਂ ਨੂੰ ਕਲਕੱਤੇ ਵਿੱਚ ਇਹਨਾਂ ਦਾ ਐਨਕਾਊਂਟਰ ਕਰਨਾ ਤੇ ਦੂਜੇ ਪਾਸੇ ਮਾਮਾ ਦੇ ਪੁੱਤਾਂ ਨੂੰ ਦੇ ਕੇ ਚਿੱਟਾ ਅੱਜ ਦੇ ਘਰੀਜਰ ਘਰੇ ਘਰੇ ਵਰਤਾ ਕੇ ਅੱਧਿਆਂ ਨੂੰ ਚਿੱਟੇ ਨਾਲ ਮਾਰੀ ਜਾਂਦੇ ਆ ਅੱਧਿਆਂ ਨੂੰ ਗੈਂਗਸਟਰ ਬਣਾ ਕੇ ਮਾਰ ਨੂੰ ਫਿਰਦੇ ਆ ਆਹ ਪੰਜਾਬ ਹੈ ਤੀਜੀ ਗੱਲ ਇਹ ਮਾਮਲਾ ਜਾਣ ਬੁੱਝ ਕੇ ਉਲਝਾਏ ਜਾ ਰਿਹਾ ਸਾਨੂੰ ਕਿਸਾਨੀ ਧਰਨਿਆਂ ਦੇ ਵਿੱਚ ਨਾ ਜਾਣਾ ਪਵੇ ਮੇਰੀ ਮਨਜੀਤ ਧਨੇਰ ਨਾਲ ਗੱਲ ਹੋਈ ਆ ਭਾਰਤੀ ਕਿਸਾਨ ਜੁਨੀਅਰ ਡਕਾਉਂਦਾ ਦੇ ਉਹ ਵੀ ਸ਼ਾਇਦ ਕੱਲ੍ਹ ਨੂੰ ਆਉਣਗੇ ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾ ਦੇ ਹੋਂਡਾ ਨਾਲ ਇਦੂ ਬਾਅਦ ਸਿੱਧੂਪੁਰ ਇਦੂ ਬਾਅਦ ਆਹ ਸਾਡੇ ਭਰਾ ਜਿਹੜੇ ਢੀਂਡਸੇ ਵਾਲੇ ਆ ਉਹਨਾਂ ਦੀ ਵੀ ਧੰਨਵਾਦ ਆ ਕੋਈ ਮਰਜ਼ੀ ਆ ਜੇ ਯਾਰ ਸਾਡਾ ਖੁੱਲ੍ਹਾ ਪਰ ਪੰਜਾਬ ਵਾਸਤੇ ਜਿਹੜੇ ਖੜ੍ਹੇ ਆ ਉਹਨਾਂ ਦੇ ਨਾਲ ਲੱਕੀ ਯਾਰ ਕਰੀ ਗੱਲ ਇੱਕ ਬਾਈ ਅਰਵਿੰਦ ਪਹਿਲਵਾਨ ਨੂੰ ਮਰੇ ਨੂੰ ਬਾਈ ਉਹਦੀ ਡੈਥ ਹੋਈ ਨੂੰ ਇੱਕ ਸਾਲ ਹੋਇਆ ਪੂਰਾ ਉਹਦਾ ਕਸੂਰ ਕੀ ਸੀਗਾ ਵੀ ਉਹ ਵੀ ਬਾਈ ਚਿੱਟੇ ਵਾਲਿਆਂ ਨੂੰ ਰੋਕਦਾ ਸੀਗਾ ਅਰਵਿੰਦ ਪਹਿਲਵਾਨ ਲੱਖਣਗੇ ਪੁੱਟਿਆਲ ਦਾ ਇਨਸਾਫ ਹਜੇ ਤੱਕ ਨਹੀਂ ਮਿਲਿਆ ਉੱਥੇ ਵੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਅਣਗਹਿਲੀ ਸੀਗੀ ਅਤੇ ਕੋਚ ਦੀ ਕੀ ਗਲਤੀ ਸੀ ਵੀ ਉਹਨੇ ਚਿੱਟਿਆਂ ਨੂੰ ਰੋਕਿਆ ਮੇਰੀ ਬੇਨਤੀ ਹੈ ਵੀ ਇਹਨਾਂ ਦਾ ਪਰਿਵਾਰ ਆ ਮਾਂ ਤੋਂ ਪੁੱਛ ਕੇ ਦੇਖੋ 23 ਸਾਲਾਂ ਦਾ 22-23 ਸਾਲਾਂ ਦੀ ਉਮਰ ਆ ਉਹਨੇ ਕਿਵੇਂ ਆਪਦਾ ਮੁੰਡਾ ਪਾਲਿਆ ਕਿਹੜੇ ਆਰਥਿਕ 'ਚ ਮੰਦੀ 'ਚੋਂ ਲੰਘ ਕੇ ਉਹਦੇ ਮਾਂ ਬਾਪ ਨੂੰ ਪੁੱਛ ਕੇ ਦੇਖੋ ਹਜੇ ਤਾਂ ਅੱਗੇ ਕੋਚ ਦੇ ਘਰੇ ਲੱਗੀ ਆਪਣੇ ਸਾਰਿਆਂ ਦੇ ਘਰੇ ਅੱਗਾਂ ਲੱਗਣਗੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ SSP ਦਫ਼ਤਰ ਅੱਗੋਂ ਦੀਆਂ ਹੈ ਬਠਿੰਡਾ ਦੇ SSP ਦਫ਼ਤਰ ਅੱਗੇ ਚੌਕੇ ਪਿੰਡ ਦਾ ਇੱਕ ਨੌਜਵਾਨ ਜੋ ਨਸ਼ਾ ਤਸਕਰਾਂ ਨੂੰ ਰੋਕਦਾ ਸੀ ਨਸ਼ਾ ਤਸਕਰਾਂ 'ਤੇ ਜਿਹੜਾ ਕਹਿੰਦਾ ਸੀ ਕਿ ਇੱਥੇ ਨਸ਼ਾ ਨਾ ਵੇਚਿਆ ਕਰੋ ਤਾਂ ਉਹਦੇ ਤਸਵੀਰਾਂ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਚੌਕੇ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਤੋਂ ਲੋਕ ਪਹੁੰਚੇ ਹੈ ਲੋਕਾਂ ਦੀ ਇੱਕ ਹੀ ਮੰਗ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਕਿਆ ਜਿਹੜੇ ਨੌਜਵਾਨ ਨੇ ਸਮਝਾਇਆ ਕਿ ਨਸ਼ਾ ਨਾ ਵੇਚੋ ਉਹਨੂੰ ਮਾਰ ਦਿੱਤਾ ਗਿਆ ਤਾਂ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਵਾਲ ਉੱਠਦੇ ਆ ਪੰਜਾਬ ਸਰਕਾਰ ਦੇ ਉੱਤੇ 4 ਹਫ਼ਤਿਆਂ ਦੇ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਆਈ ਸੀ ਪਰ ਅੱਜ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਕਿੱਥੇ ਹੈ ਸਰਕਾਰ ਦੇ ਕੰਨ 'ਤੇ ਜੂੰ ਕਿਉਂ ਨਹੀਂ ਸਰਕ ਰਹੀ ਕਿਉਂ ਜਿਹੜਾ ਨਸ਼ਾ ਹੈ ਉਹਨੂੰ ਕ੍ਰਾਈਮ ਨਹੀਂ ਸਮਝਿਆ ਜਾਂਦਾ ਜਿਹੜੇ ਸਿੱਧਿਆਂ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਉਸੇ ਵਾਅਦਿਆਂ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਇਹ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੈ ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਇੱਕ ਪਾਸੇ ਗੈਂਗਸਟਰ ਬਣਾ ਕੇ ਮਾਰਿਆ ਜਾ ਰਿਹਾ ਇੱਕ ਪਾਸੇ ਜੇਕਰ ਕੋਈ ਸਮਾਜ ਲਈ ਚੰਗਾ ਕੰਮ ਕਰਦਾ ਉਹਨੂੰ ਮਰਵਾਇਆ ਜਾ ਰਿਹਾ ਤਾਂ ਦੋਨੇ ਪਾਸੇ ਪੁਲਿਸ ਸਰਕਾਰ ਦੋਨੇ ਪਾਸੇ ਲੋਕਾਂ ਨੂੰ ਮਾਰਨ 'ਤੇ ਲੱਗੀ ਹੋਈ ਹੈ ਇਸ ਵਕਤ ਲੋਕ ਨਾਅਰੇਬਾਜ਼ੀ ਕਰਦੇ ਹੋਏ ਬਠਿੰਡਾ SSP ਦਫ਼ਤਰ ਅੱਗੇ ਵੱਲ ਨੂੰ ਵੱਧ ਰਹੇ ਆ ਬਠਿੰਡਾ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਲੰਮਾ ਚੱਲੇਗਾ ਲੰਮਾ ਸੰਘਰਸ਼ ਵਿੱਢਿਆ ਜਾਵੇਗਾ ਕੋਈ ਚੱਕਰ ਨਹੀਂ ਕਿੰਨੇ ਦਿਨ ਵੀ ਬੈਠਣਾ ਪਵੇ ਪਰ ਪਰਿਵਾਰ ਨੂੰ ਜਿਹੜਾ ਇਨਸਾਫ਼ ਉਹ ਦਵਾਇਆ ਜਾਏਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ SSP ਦਫ਼ਤਰ ਦੀਆਂ ਜਿੱਥੇ ਅੱਜ ਚੌਂਕੇ ਪਿੰਡ ਦੇ ਕੋਚ ਨਾਂ ਦੇ ਮੁੰਡੇ ਜਿਹਦਾ ਕਿ ਕਤਲ ਕਰ ਦਿੱਤਾ ਗਿਆ ਤਸਕਰਾਂ ਵੱਲੋਂ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਪੰਜਾਬ ਪੁਲਿਸ ਵੱਡੇ ਵੱਡੇ ਬੋਰਡ ਲਗਾਉਂਦੀ ਹੈ ਕਿ ਨਸ਼ਾ ਤਸਕਰਾਂ ਦੀ ਇਤਲਾਹ ਦਿਓ ਨਸ਼ਾ ਤਸਕਰਾਂ ਨੂੰ ਫੜਾਓ ਨਸ਼ਾ ਤਸਕਰਾਂ ਬਾਰੇ ਸਾਨੂੰ ਜਾਣਕਾਰੀ ਦਿਓ ਪਰ ਖੁਦ ਹੀ ਪੰਜਾਬ ਸਰਕਾਰ ਪੰਜਾਬ ਪੁਲਿਸ ਜਦੋਂ ਕੋਈ ਫੜਾਉਂਦਾ ਹੈ ਜਦੋਂ ਕੋਈ ਇਸ 'ਤੇ ਇਤਲਾਹ ਦਿੰਦਾ ਹੈ ਤਾਂ ਉਹਦੇ ਨਾਲ ਹਸ਼ਰ ਕੀ ਹੁੰਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੀ ਕਹਿਣੀ ਕਰਨੀ ਦੇ ਵਿੱਚ ਬੜਾ ਅੰਤਰ ਹੈ ਸਰਕਾਰ ਕਹਿੰਦੀ ਕੁਝ ਹੋਰ ਹੈ ਕਰਦੀ ਕੁਝ ਹੋਰ ਹੈ ਇੱਕ ਪਾਸੇ ਅਸੀਂ ਗੱਲ ਕਰ ਲਈਏ ਕਿ ਨਸ਼ਾ ਤਸਕਰ ਸ਼ਰੇਆਮ ਖੁੱਲ੍ਹ ਰਹੇ ਘੁੰਮ ਰਹੇ ਹੈ ਨਸ਼ਾ ਤਸਕਰ ਵੀ ਜਿਹੜੇ ਨਸ਼ਿਆਂ 'ਤੇ ਵੀ ਨੌਜਵਾਨਾਂ ਨੂੰ ਇਹ ਸਰਕਾਰ ਲਾਉਂਦੀ ਹੈ ਨਸ਼ਾ ਤਸਕਰ ਬਣਾਉਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਜੇ ਕੋਈ ਰੋਕਦਾ ਜੇਕਰ ਉਹਦਾ ਕੋਈ ਕਤਲ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਪੁਲਿਸ ਮੂਕ ਦਰਸ਼ਕ ਬਣ ਕੇ ਬੈਠ ਜਾਂਦੀ ਹੈ ਤਾਂ ਲੋਕਾਂ ਦੇ ਵਿੱਚ ਜਿਹੜਾ ਉਹ ਗੁੱਸਾ ਪਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਵੱਖ ਵੱਖ ਪਿੰਡਾਂ ਤੋਂ ਆਏ ਆ ਚੌਕੇ ਪਿੰਡ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਅਤੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਹਾਂਜੀ ਇੰਸਪੈਕਟਰ ਸਾਹਿਬ ਤੁਸੀਂ ਸਾਰਾ ਮਸਲੇ ਨੂੰ ਦੇਖ ਰਹੇ ਹੋ ਤੁਸੀਂ ਵਿਭਾਗ ਦੇ ਵਿੱਚ ਵੀ ਰਹੇ ਹੋ ਕਿਵੇਂ ਲੱਗ ਰਿਹਾ ਪੁਲਿਸ ਇੱਕ ਪਾਸੇ ਕਹਿੰਦੀ ਹੈ ਕਿ ਨਸ਼ਾ ਤਸਕਰਾਂ ਦੀ ਇਤਲਾਹ ਦਿਓ ਅਸੀਂ ਕਾਰਵਾਈ ਕਰਾਂਗੇ ਜੇਕਰ ਕੋਈ ਨੌਜਵਾਨ ਇਸ ਤੋਂ ਰੋਕਦਾ ਤਾਂ ਉਹਦਾ ਮਰਡਰ ਹੋ ਜਾਂਦਾ ਫਿਰ ਸੁਣਵਾਈ ਵੀ ਨਹੀਂ ਦੇਖੋ ਜੀ ਪੰਜਾਬ ਸਰਕਾਰ ਨੇ ਪਹਿਲਾਂ ਮਿਲਾਇਆ ਆਪਣੇ ਮਹਿਕਮੇ ਨੇ ਕਮੇਟੀਆਂ ਵੀ ਬਣਾਈਆਂ ਸੀ ਪਿੰਡਾਂ ਦੇ ਵਿੱਚ ਹਾਂਜੀ ਬਈ ਸਾਨੂੰ ਨਸ਼ਾ ਤਸਕਰ ਹੈ ਜਾਂ ਕੋਈ ਵੀ ਇਹੋ ਜਿਹੀ ਕਿਸਮ ਦਾ ਬੰਦਾ ਹੈ ਕੋਈ ਵੇਚਦਾ ਜਾਂ ਕੋਈ ਮੈਡੀਕਲ ਵਾਲਾ ਸਾਨੂੰ ਤਲਾਹਾਂ ਦਿਓ ਹਾਂ ਜੇਕਰ ਤਲਾਹ ਦੇਣ ਵਾਲੇ ਨਾ ਆਹ ਹਸ਼ਰ ਹੋਣਾ ਹੈ ਤਾਂ ਫਿਰ ਤਲਾਹ ਕੌਣ ਦੇਊਗਾ ਇਹਦਾ ਮਤਲਬ ਇਹ ਉਹ ਇਸ ਤਰ੍ਹਾਂ ਹੈ ਵੀ ਜੇਕਰ ਫਿਰ ਤਲਾਹ ਦੇਣ ਵਾਲੇ ਨੂੰ ਜਾ ਕੇ ਇਹਨੂੰ ਫੜਾਉਣ ਵਾਲੇ ਨੂੰ ਇਸ ਤਰ੍ਹਾਂ ਉਹਦਾ ਹਸ਼ਰ ਹੋਣਾ ਤਾਂ ਫਿਰ ਕੌਣ ਦੇਊ ਤਲਾਹ ਇੱਕ ਪਾਸੇ ਤਾਂ ਕਹਿੰਦੇ ਇਹ
ਵੀ ਨਸ਼ਾ ਖਤਮ ਕਰਨਾ। ਇਹਦਾ ਮਤਲਬ ਇਹ ਹੈ ਵੀ ਇਹਨਾਂ ਦੀ ਦੋਗਲੀ ਨੀਤੀ ਹੈ ਨਸ਼ਾ ਨਹੀਂ ਖਤਮ ਕਰਨਾ ਚਾਹੁੰਦੇ, ਕਿਉਂਕਿ ਇਹ ਉਹੀ ਸ਼ਹਿਰ ਹੈ ਜਿਹਦੇ ਦਮਦਮਾ ਸਾਹਿਬ ਤਲਵੰਡੀ ਜਿੱਥੇ ਪੈਂਦਾ ਇਹਦੇ ਅੰਡਰੀ ਹੈ ਨਾ ਬਠਿੰਡੇ ਦੇ, ਉੱਥੇ ਵੀ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਵੀ ਨਸ਼ੇ ਦਾ ਮੈਂ ਲੱਕ ਤੋੜ ਦੂੰ। ਕੀ ਤੋੜਿਆ ਦੱਸੋ, ਇੱਕ ਉਂਗਲ ਵੀ ਨਹੀਂ। 4 ਹਫ਼ਤਿਆਂ 'ਚ ਵਾਅਦਾ ਕੀਤਾ ਸੀ, 4 ਸਾਲ ਉੱਪਰ ਹੋ ਗਏ। 4 ਸਾਲ ਕੀ ਹੋਰ ਵੀ ਟੱਪਣਗੇ ਜੀ ਹੈਗੇ। ਦੇਖੋ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਨਾ ਸੋਚੋ ਵੀ ਘਰ ਘਰ ਨਸ਼ਾ ਵੜ ਚੁੱਕਿਆ, ਤੁਸੀਂ ਇਹ ਹੋਏ ਸਾਡੀ ਨਸਲ ਕੁਸੀ ਹੋ ਰਹੀ ਹੈ। ਨੌਜਵਾਨ ਜਿਹੜੀ ਸਾਡੀ ਪੀੜ੍ਹੀ ਹੈ ਨਾ ਉਹ ਥੱਲੇ ਨੂੰ ਜਾ ਰਹੀ ਹੈ, ਬੇੜਾ ਗਰਕ ਹੋ ਚੁੱਕਿਆ। ਕੀਤਾ ਇਹਨਾਂ ਸਰਕਾਰਾਂ ਨੇ, ਇਹ ਸਰਕਾਰਾਂ ਸਾਰੀਆਂ ਰਲੀਆਂ ਮਿਲੀਆਂ, ਕੈਪਟਨ ਅਮਰਿੰਦਰ ਸਿੰਘ ਹੋਈ, ਬਾਲ ਸਾਹਿਬ, ਇਹ ਸਾਰੇ ਘੋ ਖਿਚੜੀ ਹੈ। ਜੇਕਰ ਉਹ ਆ ਗਏ ਫਿਰ ਵੀ ਨਹੀਂ ਖਤਮ ਹੋਣਾ, ਇਹ ਤਾਂ ਕੰਮ ਚੱਲਣਾ ਹੀ ਚੱਲਣਾ, ਕਿਉਂਕਿ ਇਹਨੂੰ ਤਾਂ ਤਕੜੇ ਕਰੜੇ ਹੱਥੀ ਲੈਣਾ ਪੈਣਾ। ਤੇ ਜਿਵੇਂ ਲੋਕਾਂ ਦਾ ਏਕਾ ਬਣਾ ਕੇ ਚੱਲੋਗੇ ਤਾਂ ਇਹ ਸਾਰਾ ਕੁਝ ਆਪ ਫੜ ਫੜ ਕੇ ਜੇ ਤੁਸੀਂ ਪੜਾਵਾਂਗੇ ਤਾਂ ਫਿਰ ਸਾਡੀ ਉੱਥੇ ਸੁਣਵਾਈ ਨਹੀਂ ਹੋਣੀ, ਸਾਡੇ ਪਰਚੇ ਹੋਣੇ ਸਾਨੂੰ ਹੀ ਉੱਥੇ। ਪਿੱਛੇ ਜੇ ਅਬਲੂ ਕੋਟਲੀ ਇੱਥੇ ਗੁਰਕੀਰਤ ਵੀ ਆਪਣੇ ਗੁਰਪ੍ਰੀਤ ਕਰਦਾ, ਕੋਟਲੀ ਵੀ ਇਸ ਤਰ੍ਹਾਂ ਹੋਇਆ ਸੀ ਵੀ ਕੋਟਲੀ ਦੇ ਵਿੱਚ ਕੋਈ ਅੰਦਰੋਂ ਆ ਕੇ ਬੰਦੇ ਪਰੋਲ 'ਤੇ ਆਏ ਆ, ਉਹਨਾਂ ਨੇ ਕਤਲਾ ਹੀ ਦਿੱਤੀ ਸੀ ਵੀ ਇਹ ਨਸ਼ਾ ਵੇਚਦੇ ਆ, ਉਹ ਬੰਦੇ ਦਾ ਉੱਥੇ ਕਤਲ ਕਰਤਾ ਅੰਦਰੋਂ ਆਏ ਬੰਦਿਆਂ ਦੇ। ਅਤੇ ਫਿਰ ਯਾਰ ਆਪਾਂ ਪ੍ਰਸ਼ਾਸਨ ਤੋਂ ਕੀ ਭਾਲਦੇ, ਕੋਈ ਆਸ ਨਹੀਂ ਸਾਨੂੰ ਪ੍ਰਸ਼ਾਸਨ ਤੋਂ। ਤਾਂ ਸਵਾਲ ਉੱਠਦਾ, ਇਹਨਾਂ ਨੇ ਵੀ ਸਵਾਲ ਉਠਾਇਆ ਕਿ ਕੋਈ ਆਸ ਨਹੀਂ ਹੈ ਨਸ਼ਾ ਤਸਕਰਾਂ ਦੀ, ਇਤਲਾਹ ਦੇਣੀ ਜੁਰਮ ਬਣ ਚੁੱਕਿਆ ਨਸ਼ਾ ਤਸਕਰਾਂ 'ਤੇ, ਜਿਹੜਾ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਜੇਕਰ ਉਹਨਾਂ ਦੀ ਕੋਈ ਇਤਲਾਹ ਦਿੰਦਾ ਤਾਂ ਉਹ ਜੁਰਮ ਬਣ ਚੁੱਕਿਆ। ਤਾਂ ਕਿਵੇਂ ਸਮਾਜ ਦਾ ਭਲਾ ਹੋਊਗਾ, ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਆਮ ਲੋਕ, ਜਿਵੇਂ ਪੁਲਿਸ ਲਿਖ ਦਿੰਦੀ ਆ ਬੋਰਡਾਂ 'ਤੇ ਕਿ ਸਾਨੂੰ ਇਤਲਾਹ ਦਿਓ, ਕਿਵੇਂ ਦੇਣਗੇ? ਆਮ ਹੀ ਅਸੀਂ ਦੇਖਦੇ ਹਾਂ ਕਿ ਪੁਲਿਸ 'ਤੇ ਲੋਕਾਂ ਦਾ ਯਕੀਨ ਨਹੀਂ ਹੁੰਦਾ, ਜੇਕਰ ਕਿਸੇ ਦੇ ਚੋਰੀ ਵੀ ਹੋ ਜਾਵੇ ਉਹ ਵੀ ਰਪਟ ਦਿਖਾਉਣ ਤੋਂ ਡਰਦਾ ਕਿ ਇਹ ਵੱਧ ਖੱਜਲ ਖੁਆਰ ਕਰਨਗੇ, ਚੋਰੀ ਘੱਟ ਹੋਈ ਹੈ। ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਪੁਲਿਸ ਦਾ ਅਕਸ਼ ਹੈ ਉਹ ਇੰਨਾ, ਜੇਕਰ ਅਸੀਂ ਕਹੀਏ, ਬਦਤਰ ਹੋ ਚੁੱਕਿਆ, ਇੰਨਾ ਮਾੜਾ ਹੋ ਚੁੱਕਿਆ ਕਿ ਲੋਕ ਜਿੱਥੇ ਵੱਡੇ ਵੱਡੇ ਬੋਰਡ ਲਗਾ ਕੇ ਲੋਕ ਕਹਿੰਦੇ ਕਿ ਅਸੀਂ ਪੁਲਿਸ ਤੁਹਾਡੀ ਸੇਵਾ ਲਈ ਹੈ, ਅਤੇ ਅੱਜ ਲੋਕ ਦਰਵਾਜ਼ੇ 'ਤੇ ਖੜ੍ਹੇ ਆ ਤਾਂ ਬਾਰ ਬੰਦ ਆ, ਅਤੇ ਕਿਹਾ ਜਾ ਰਿਹਾ ਕਿ ਦੇਖਾਂਗੇ ਜਦੋਂ ਕਾਰਵਾਈ ਹੋਊਗੀ। ਕਾਰਵਾਈ ਨਹੀਂ ਹੋ ਰਹੀ, ਕਤਲ ਹੋ ਚੁੱਕਿਆ ਮਾਂ ਤੋਂ ਉੱਪਰੋਂ ਪੁਲਿਸ ਦੇ, ਜਿਵੇਂ ਅਸੀਂ ਸੁਣ ਦੇ ਵਿੱਚ ਆਇਆ ਕਿ ਪੁਲਿਸ ਦੇ ਆਲਾ ਅਧਿਕਾਰੀ ਧਮਕੀਆਂ ਦੇ ਰਹੇ ਆ ਉਹਦੀ ਮਾਤਾ ਨੂੰ ਕਿ ਤੁਸੀਂ, ਤੁਹਾਡੇ ਨਾਲ ਤਾਂ ਹੋਣੀ ਸੀ, ਹੋਰ ਵੀ ਹੋਊਗੀ, ਅਜਿਹਾ ਕੁਝ ਵਾਪਰ ਰਿਹਾ। ਤਾਂ ਕਿਤੇ ਨਾ ਕਿਤੇ ਸਵਾਲ ਬਣਦਾ ਪ੍ਰਸ਼ਾਸਨ 'ਤੇ, ਧਰਨਾ ਜਾਰੀ ਹੈ, ਸਮੇਂ ਸਮੇਂ 'ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਾਂਗੇ।